ਗਾਂ ਦਾ ਜਿਹੜਾ ਹੈਗਾ ਵਾ 50% ਸੂਆ ਜਿਹੜਾ ਹੈਗਾ ਉਹ ਡਰਾਈ ਪੀਰੀਅਡ ਤੇ ਡਿਪੈਂਡ ਕਰਦਾ ਵਾ। ਹਨਾ ਡਰਾਈ ਕਰਨ ਦੀ ਜਲਦਬਾਜ਼ੀ ਵਿੱਚ ਕੀ ਕਰਦੇ ਆ, ਇੱਕਦਮ ਗਾਂ ਦਾ ਜਿਹੜਾ ਸਾਰਾ ਹੁੱਕਾ ਪਾਣੀ ਬੰਦ ਕਰ ਦਿੰਦੇ ਆ। ਗਾਂ ਇੱਕਦਮ ਜਿਹੜਾ ਹੈਗਾ ਸਟ੍ਰੈਸ ਵਿੱਚ ਆ ਜਾਂਦੀ ਹੈ, ਇੱਕਦਮ ਡਰਾਈ ਕਰਨ ਦੇ ਚੱਕਰ ਵਿੱਚ ਗਾਵਾਂ ਸਟ੍ਰੈਸ ਵਿੱਚ ਆ ਕੇ ਅਬੋਰਟ ਕਰ ਜਾਂਦੀਆਂ ਨੇ। ਜਦੋਂ ਆਪਾਂ ਗਾਂ ਨੂੰ ਡਰਾਈ ਕਰਨਾ ਵਾ, ਉਸ ਡਰਾਈ ਗਾਂ ਦਾ ਬਲੌਕ ਚਵਾਈ ਵਾਲੀਆਂ ਗਾਵਾਂ ਤੋਂ ਅਲੱਗ ਹੋਣਾ ਚਾਹੀਦਾ ਵਾ, ਕਿਉਂਕਿ ਇਹ ਗਾਵਾਂ ਜਿਹੜਾ ਹੈਗਾ ਜੋ ਦੁੱਧ ਦਾ ਪ੍ਰੋਸੈਸ ਇਹਨਾਂ ਦਾ ਉਹ ਸਾਰਾ ਇਹਨਾਂ ਦੇ ਮਾਈਂਡਸੈਟ ਤੋਂ ਹੁੰਦਾ ਵਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਾਵਿਰ ਸਮਰਾ ਅਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਭ ਤੋਂ ਪਹਿਲਾਂ ਜਿਹੜੇ ਵੀਰ ਅੱਜ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਆ ਅਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਜਾ ਕਰਨ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਾਡੇ ਚੈਨਲ 'ਤੇ ਡੇਅਰੀ ਫਾਰਮ ਦੇ ਰਿਲੇਟਡ ਹਰ ਇੱਕ ਤਰ੍ਹਾਂ ਦੀ ਵੀਡੀਓ ਪਾਉਂਦੇ ਰਹਿੰਦੇ ਹਾਂ, ਚਾਹੇ ਕੋਈ ਸਮੇਂ ਦੇ ਵਿੱਚ ਡਿਸੀਜ਼ ਚੱਲ ਰਿਹਾ ਹੋਵੇ ਜਾਂ ਕੋਈ ਵੀ ਫਾਰਮ 'ਤੇ ਆਪਾਂ ਅਪਡੇਟ ਕਰਨਾ ਹੋਵੇ ਤਾਂ ਆਪਾਂ ਸਾਡੇ ਚੈਨਲ 'ਤੇ ਵੀਡੀਓ ਰਾਹੀਂ ਤੁਹਾਨੂੰ ਉਹ ਜਿਹੜਾ ਹੈਗਾ ਅਪਡੇਟ ਦਿੰਦੇ ਰਹਿੰਦੇ ਹਾਂ ਵੀ ਆਹ ਚੀਜ਼ ਤੁਸੀਂ ਆਪਣੇ ਫਾਰਮ 'ਤੇ ਅਪਲਾਈ ਕਰ ਲਓ ਜਾਂ ਆਹ ਚੀਜ਼ ਦਾ ਧਿਆਨ ਰੱਖ ਲਓ। ਅੱਜ ਦੀ ਵੀਡੀਓ ਵਿੱਚ ਆਪਾਂ ਮੌਸਮ ਦੇ ਹਿਸਾਬ ਦੇ ਨਾਲ ਜੋ ਚੀਜ਼ ਗੱਲ ਟੋਪਿਕ 'ਤੇ ਗੱਲ ਕਰਨੀ ਹੈ ਵੀ ਜਿਵੇਂ ਹੁਣ ਅੱਜ ਦਾ ਟਾਈਮ ਚੱਲ ਰਿਹਾ ਵਾ, ਡਰਾਈ ਪੀਰੀਅਡ ਦਾ ਟਾਈਮ ਚੱਲ ਰਿਹਾ ਵਾ, ਕਈ ਵੀਰ ਜਿਹੜੇ ਹੈਗੇ ਆ ਉਹਨਾਂ ਨੇ ਜਿਵੇਂ ਅੱਧੇ ਅੱਧੇ ਜਾਨਵਰ ਜਿਹੜੇ ਹੈਗੇ ਆ ਆਪਣੇ ਡਰਾਈ ਕਰ ਲਿਆ, ਕਈ ਵੀਰ ਉਹਨਾਂ ਦੇ ਜਾਨਵਰ ਜਿਹੜੇ ਹੈਗੇ ਆ ਉਹ ਡਰਾਈ ਪੀਰੀਅਡ ਦੀ ਕੰਡੀਸ਼ਨ 'ਤੇ ਆਏ ਪਏ ਆ। ਸੋ ਅੱਜ ਦਾ ਜਿਹੜਾ ਮੇਨ ਟੋਪਿਕ ਆਪਾਂ ਡਰਾਈ ਪੀਰੀਅਡ ਦੇ ਟੋਪਿਕ 'ਤੇ ਗੱਲ ਕਰਨੀ ਹੈ, ਕਿਉਂਕਿ ਗਾਂ ਦਾ ਜਿਹੜਾ ਹੈਗਾ ਵਾ 50% ਸੂਆ ਜਿਹੜਾ ਹੈਗਾ ਉਹ ਡਰਾਈ ਪੀਰੀਅਡ 'ਤੇ ਡਿਪੈਂਡ ਕਰਦਾ ਵਾ। ਗਾਂ ਨੂੰ ਆਪਾਂ ਕਿੱਦਾਂ ਡਰਾਈ ਕਰ ਰਹੇ ਹਾਂ, ਆਪਣੀ ਗਾਂ ਸਹੀ ਡਰਾਈ ਹੋ ਰਹੀ ਹੈ ਕਿ ਨਹੀਂ ਹੋ ਰਹੀ, ਗਾਂ ਨੂੰ ਜਿਹੜਾ ਹੈਗਾ ਪ੍ਰੋਪਰ ਡਰਾਈ ਪੀਰੀਅਡ ਦਾ ਟਾਈਮ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਇਹ ਸਾਰੀਆਂ ਗੱਲਾਂ ਦਾ ਜਿਹੜਾ ਹੈਗਾ ਰਿਜ਼ਲਟ ਆਪਾਂ ਨੂੰ ਅਗਲੇ ਸੂਏ ਦੇ ਵਿੱਚ ਦੇਖਣ ਨੂੰ ਮਿਲਦਾ ਵਾ। ਅਤੇ ਜੇ ਆਪਾਂ ਅਗਲਾ ਸੂਆ ਵਧੀਆ ਲੈਣਾ ਵਾ, ਚੰਗਾ ਸੂਏ ਦੇ ਵਿੱਚ ਆਪਾਂ ਦੁੱਧ ਲੈਣਾ ਵਾ, ਤਾਂ ਉਹਦੇ ਲਈ ਆਪਾਂ ਨੂੰ ਡਰਾਈ ਪੀਰੀਅਡ 'ਤੇ ਜਿਹੜਾ ਹੈਗਾ ਪੂਰਾ ਧਿਆਨ ਨਾਲ ਫੋਕਸ ਜਿਹੜਾ ਹੈਗਾ ਪ੍ਰੋਪਰ ਕਰਨਾ ਪੈਣਾ ਆਪਾਂ ਨੂੰ। ਹੁਣ ਜੇ ਆਪਾਂ ਡਰਾਈ ਪੀਰੀਅਡ ਦੇ ਸਮੇਂ ਦੀ ਗੱਲ ਕਰ ਲਈਏ, ਡਰਾਈ ਪੀਰੀਅਡ ਦਾ ਸਮਾਂ ਘੱਟੋ ਘੱਟ 60 ਦਿਨ ਦਾ ਹੋਣਾ ਬੜਾ ਜ਼ਰੂਰੀ ਹੈ। ਕਮ ਸੇ ਕਮ ਜਿਹੜਾ ਹੈਗਾ 2 ਮਹੀਨੇ ਆਪਾਂ ਗਾਂ ਨੂੰ ਡਰਾਈ ਰੱਖਣਾ ਬੜਾ ਜ਼ਰੂਰੀ ਹੈ। ਅਗਰ ਆਪਣੀ ਗਾਂ ਦਾ ਬੀਸੀਸ ਡਾਊਨ ਹੈ, ਗਾਂ ਆਪਣੀ ਲਿਸੀ ਹੈ ਦੇਖਣ ਦੇ ਵਿੱਚ, ਉਹਦੀ ਹੱਡੀਆਂ ਪਿੰਜਰ ਵਗੈਰਾ ਦਿਖਦਾ ਵਾ, ਉਹਦੇ ਲਈ ਆਪਾਂ ਗਾਂ ਨੂੰ 2.5 ਮਹੀਨੇ ਤੱਕ ਵੀ ਡਰਾਈ ਰੱਖ ਸਕਦੇ ਹਾਂ, ਮਤਲਬ ਕਿ 15 ਦਿਨ ਆਪਾਂ ਹੋਰ ਐਕਸਟਰਾ ਉਹਨੂੰ ਦੇ ਸਕਦੇ ਹਾਂ ਡਰਾਈ ਪੀਰੀਅਡ, ਪਹਿਲਾਂ ਉਹਨੂੰ ਡਰਾਈ ਕਰ ਸਕਦੇ ਹਾਂ। ਡਰਾਈ ਪੀਰੀਅਡ ਦਾ ਜਿਹੜਾ ਹੈਗਾ ਵਾ ਸਮਾਂ 2 ਮਹੀਨੇ ਤਾਂ ਘੱਟੋ ਘੱਟ ਚਾਹੀਦਾ ਹੀ ਚਾਹੀਦਾ ਵਾ, ਪਰ ਆਪਾਂ ਗਾਂ ਦੀ ਕੰਡੀਸ਼ਨ ਦੇ ਹਿਸਾਬ ਨਾਲ ਸਮਾਂ ਵਧਾ ਸਕਦੇ ਹਾਂ, ਪਰ ਉਹਨੂੰ ਘਟਾ ਨਹੀਂ ਸਕਦੇ, 2 ਮਹੀਨੇ ਤੋਂ ਘੱਟ ਸਮਾਂ ਨਹੀਂ ਦੇ ਸਕਦੇ। ਹੁਣ ਦੂਸਰੀ ਗੱਲ ਆ ਜਾਂਦੀ ਹੈ, ਇਹ ਤਾਂ ਪਹਿਲਾਂ ਆਪਾਂ ਗੱਲ ਕਰ ਲਈ ਵੀ ਡਰਾਈ ਪੀਰੀਅਡ ਦਾ ਸਮਾਂ ਇੰਨਾ ਹੋਣਾ ਚਾਹੀਦਾ, ਦੂਸਰੀ ਗੱਲ ਆ ਜਾਂਦੀ ਹੈ ਵੀ ਆਪਾਂ ਗਾਂ ਨੂੰ ਡਰਾਈ ਕਰਨਾ ਕਿੱਦਾਂ ਵਾ। ਬੜੇ ਮੇਰੇ ਵੀਰ ਜਿਹੜੇ ਹੈਗੇ ਆ ਉਹ ਡਰਾਈ ਕਰਨ ਦੇ ਡਰਾਈ ਕਰਨ ਦਾ ਪਤਾ ਹੁੰਦਾ, ਹਾਂ ਵੀ ਆਪਾਂ ਗਾਂ ਨੂੰ ਜਾ ਕੇ 9 ਤਰੀਕ ਨੂੰ ਆਪਣੀ ਗਾਂ ਨੇ ਸੂਣਾ ਵਾ, ਵੀ 60 ਦਿਨ ਪਹਿਲਾਂ ਆਪਾਂ ਗਾਂ ਨੂੰ ਡਰਾਈ ਕਰਨਾ ਵਾ, ਪਰ ਉਹ ਡਰਾਈ ਕਰਨ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਲੇਟ ਸ਼ੁਰੂ ਕਰਦੇ ਆ। ਗਾਂ ਜਿਹੜੀ ਹੈਗੀ ਉਹ ਲੰਮਾ ਦੁੱਧ ਦੇਈ ਜਾਂਦੀ ਹੈ, ਤਾਂ ਡਰਾਈ ਜਿਹੜਾ ਕਰਨ ਦਾ ਪ੍ਰੋਸੈਸ ਉਹ ਲੰਮਾ ਹੋ ਜਾਂਦਾ, ਉਹਦੇ ਕਰਕੇ ਜਿਹੜੇ ਗਾਂ ਨੂੰ ਹੈਗੇ ਅੱਗੇ ਦਿਨਾਂ ਦੀ ਸ਼ੋਰਟੇਜ ਆ ਜਾਂਦੀ ਆ। ਸੋ ਇਸ ਲਈ ਆਪਾਂ ਇਹ ਚੀਜ਼ ਦਾ ਮੇਕ ਸ਼ੋਰ ਕਰਨਾ ਕਿ ਆਪਣੀ ਗਾਂ ਕਿੰਨੇ ਦੁੱਧ 'ਤੇ ਚੱਲ ਰਹੀ ਹੈ, ਇਹ ਕਿੰਨੇ ਦਿਨਾਂ ਦੀ ਡਰਾਈ ਹੋਵੇਗੀ, ਵੀ ਜਿਹੜੇ ਇਹਨੂੰ ਡਰਾਈ ਪੀਰੀਅਡ ਦਾ ਪ੍ਰੋਸੈਸ ਜਿਹੜਾ ਹੈਗਾ ਵਾ, ਜੋ ਵੀ ਆਪਾਂ ਉਹਨੂੰ ਮੰਨ ਕੇ ਚੱਲੋ ਕੈਪਰਾਮਿਨ ਟੂਪਾਂ ਚੜਾਉਣੀਆਂ, ਕੋਈ ਜਿਵੇਂ MSD ਦੀ ਟੂਪ ਆਉਂਦੀ ਹੈ, ਕੋਈ ਕੈਪਰਾਮਿਨ ਦੇ ਨਾਂ ਤੋਂ ਇਹਦੀ ਪਛਾਣ ਹੈਗੀ ਆ, ਕੋਈ ਸਿਪਰਾਮਿਨ ਕਹੀ ਜਾਂਦਾ ਵਾ, ਚਲੋ ਜਿੱਦਾਂ ਵੀ ਹੈਗਾ MSD ਦੀ ਜਿਹੜੀ ਟੂਪ ਹੈਗੀ ਆ, ਉਹਨੂੰ ਆਪਾਂ ਜਦੋਂ ਗਾਂ ਦੇ ਆਪਣੇ ਸੂਣ ਦੇ ਵਿੱਚ 60 ਦਿਨ ਰਹਿ ਜਾਂਦੇ ਆ, ਉਦੋਂ ਆਪਣੀ ਜਿਹੜੀ ਟੂਪ ਹੈਗੀ ਆ ਉਹ ਗਾਂ ਨੂੰ ਚੜ ਜਾਣੀ ਬਹੁਤ ਜ਼ਰੂਰੀ ਆ। ਟੂਪ ਤੋਂ ਬਾਅਦ ਵਿੱਚ ਜਿਹੜਾ ਹੈਗਾ ਆਪਾਂ ਗਾਂ ਨੂੰ 60 ਦਿਨ ਜਿਹੜੇ ਆਪਾਂ ਨੂੰ ਦੇਣੇ ਬੜੇ ਜ਼ਰੂਰੀ ਆ ਉਹਦੇ ਸੂਣ ਤੱਕ। ਸੋ ਉਸ ਹਿਸਾਬ ਨਾਲ ਆਪਾਂ ਜਿਹੜੇ ਗਾਂ ਨੂੰ ਟੂਪਾਂ ਜਿਹੜੀਆਂ ਚੜਾਉਣੀਆਂ ਵਾ, ਪਹਿਲਾਂ ਡਰਾਈ ਕਰਨਾ ਸ਼ੁਰੂ ਕਰ ਦੇਣਾ ਵਾ। ਡਰਾਈ ਕਰਨ ਦਾ ਪ੍ਰੋਸੈਸ ਜਿਹੜਾ ਹੈਗਾ ਵਾ ਇਹ ਜ਼ਿਆਦਾ
ਛੋਟਾ ਵੀ ਨਹੀਂ ਹੋਣਾ ਚਾਹੀਦਾ ਤੇ ਬਾਹਲਾ ਲੰਮਾ ਵੀ ਨਹੀਂ ਹੋਣਾ ਚਾਹੀਦਾ। ਕਈ ਵੀਰ ਕੀ ਹੁੰਦੇ ਆ ਕਿ ਜਲਦਬਾਜ਼ੀ ਦੇ ਵਿੱਚ ਦਿਨ ਥੋੜੇ ਰਹਿ ਜਾਂਦੇ ਆ, ਛੇਤੀ ਛੇਤੀ ਗਾਂ ਨੂੰ ਡਰਾਈ ਕਰਕੇ ਜਿਹੜੀਆਂ ਟੂਪਾਂ ਚਾੜ ਦਿੰਦੇ ਆ, ਉਹਦੇ ਵਿੱਚ ਵੀ ਕੀ ਆ ਕਿ ਬਾਅਦ ਵਿੱਚ ਆਡਰ ਫੁੱਲ ਜਾਂਦਾ ਵਾ। ਜਦੋਂ ਆਡਰ ਫੁੱਲ ਜਾਂਦਾ ਵਾ ਤੇ ਗਾਂ ਦਾ ਜਿਹੜਾ ਹੈਗਾ ਥਾਣਾ ਜਿਹਾ ਪਸਮਾ ਰਹਿੰਦਾ ਵਾ। ਜਦੋਂ ਗਾਂ ਦਾ ਇਨਟੇਕ ਕਰਕੇ ਪਿੱਛੇ ਜਾ ਕੇ ਬੈਠਦੀ ਹੈ ਤੇ ਜਿਹੜਾ ਥਣ ਵਿੱਚੋਂ ਹੈਗਾ ਦੁੱਧ ਨਿਕਲ ਜਾਂਦਾ, ਉਹਦੇ ਕਾਰਨ ਕੀ ਹੈ ਕਿ ਜਿਹੜੇ ਬੈਕਟੀਰੀਆ ਜਰਾਸੀਨ ਹੈ ਉਹ ਅੰਦਰ ਐਂਟਰ ਹੋ ਜਾਂਦੇ, ਕਿਉਂਕਿ ਮਸਾਮ ਖੁੱਲ ਜਾਂਦਾ ਵਾ। ਉਹਦੇ ਕਾਰਨ ਕੀ ਹੈ ਕਿ ਗਾਂ ਨੂੰ ਆਪਣੇ ਸੂਣ ਤੋਂ ਬਾਅਦ ਜਿਹੜੀ ਮਸਟਾਈਟਸ ਜਿਹੜੀ ਹੈਗੀ ਆ, ਉਹ ਜਿਹੜੀ ਤੁਰੰਤ ਜਿਹੜੀ ਹੈਗੀ ਆ ਸੁਣਦਿਆਂ ਸਾਰੀ ਮਸਟਾਈਟਸ ਦੀ ਪ੍ਰੋਬਲਮ ਆਈ ਪਈ ਹੁੰਦੀ ਆ ਜਾਂ ਥਣ ਡੈਮੇਜ ਹੋ ਜਾਂਦਾ ਵਾ, ਜਾਂ ਡਰਾਈ ਪੀਰੀਅਡ ਦੇ ਵਿੱਚ ਗਾਂ ਦਾ ਆਡਰ ਕਾਫੀ ਜ਼ਿਆਦਾ ਸਵੈਲਿੰਗ ਆ ਜਾਂਦੀ ਆ ਤੇ ਜਿਹਦੇ ਕਾਰਨ ਉਹਦੇ 'ਚ ਐਂਟੀਬਾਇਟਿਕ ਆਪਾਂ ਨੂੰ ਲਾਉਣੇ ਪੈਂਦੇ ਆ। ਹੁਣ ਜੇ ਉਹਦੇ ਲਈ ਆਪਾਂ ਕੀ ਹੈ ਕਿ ਡਰਾਈ ਜਿਹੜਾ ਹੈਗਾ ਗਾਂ ਨੂੰ ਪ੍ਰੋਪਰ ਤਰੀਕੇ ਨਾਲ ਕਰਨਾ ਵਾ, ਵੀ ਜਿਹੜਾ ਮੰਨ ਕੇ ਚੱਲੋ ਵੀ ਦੁਬਾਰਾ ਗਾਂ ਦੇ ਆਡਰ ਦੇ ਵਿੱਚ ਜਿਹੜਾ ਦੁੱਧ ਨਾ ਬਣੇ। ਇਹ ਕਈ ਆ ਹਨਾ ਡਰਾਈ ਕਰਨ ਦੀ ਜਲਦਬਾਜ਼ੀ ਵਿੱਚ ਕੀ ਕਰਦੇ ਆ, ਇੱਕਦਮ ਗਾਂ ਦਾ ਜਿਹੜਾ ਸਾਰਾ ਹੁੱਕਾ ਪਾਣੀ ਬੰਦ ਕਰ ਦਿੰਦੇ ਆ, ਵੀ ਸਾਈਲੇਜ ਬੰਦ ਕਰ ਦਿੰਦੇ ਆ, ਪਾਣੀ ਘਟਾ ਦਿੰਦੇ ਆ ਗਾਂ ਨੂੰ, ਫੀਡ ਘਟਾ ਦਿੰਦੇ ਆ, ਫੀਡ ਬੰਦ ਹੀ ਕਰ ਦਿੰਦੇ ਆ। ਅਤੇ ਉਹਦੇ ਵਿੱਚ ਕੀ ਹੈ ਕਿ ਗਾਂ ਇੱਕਦਮ ਜਿਹੜਾ ਹੈਗਾ ਸਟ੍ਰੈਸ ਵਿੱਚ ਆ ਜਾਂਦੀ ਹੈ। ਕਈ ਵੀਰਾਂ ਨੇ ਕੀ ਕੀਤਾ, ਯੱਕਦਮ ਡਰਾਈ ਕਰਨ ਦੇ ਚੱਕਰ ਵਿੱਚ ਗਾਵਾਂ ਸਟ੍ਰੈਸ ਵਿੱਚ ਆ ਕੇ ਅਬੋਰਟ ਕਰ ਜਾਂਦੀਆਂ ਨੇ। ਸੋ ਇਹ ਡਰਾਈ ਪੀਰੀਅਡ ਦਾ ਜਿਹੜਾ ਟਾਈਮ ਹੈਗਾ, ਇਹਨੂੰ ਆਪਾਂ ਬੜਾ ਧਿਆਨ ਨਾਲ ਦੇਖਣਾ ਵਾ ਵੀ ਇਹਦੇ ਵਿੱਚ ਆਪਣੀ ਗਾਂ ਨੂੰ ਗਾਂ ਆਪਣੀ ਸਟ੍ਰੈਸ ਫ੍ਰੀ ਰਹਿਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹਦੀ ਫੀਡ ਜਿਹੜੀ ਹੈਗੀ ਆ, ਜਦੋਂ ਆਪਣੀ ਗਾਂ ਮੰਨ ਕੇ ਪਤਾ ਵਾ ਵੀ ਆਪਾਂ 60 ਦਿਨ 'ਤੇ ਡਰਾਈ ਕਰਨੀ ਆ, 60 ਦਿਨ ਆਪਾਂ ਗਾਂ ਨੂੰ ਦੇਣੇ ਆ, 15 ਦਿਨ ਪਹਿਲਾਂ ਜਿਹੜਾ ਹੈਗਾ ਗਾਂ ਦਾ ਪ੍ਰੋਸੈਸ ਡਰਾਈ ਕਰਨਾ ਸ਼ੁਰੂ ਕਰ ਦਿਉ। ਜਿੰਨਾ ਲੰਮਾ ਸਮਾਂ ਪਹਿਲਾਂ ਸ਼ੁਰੂ ਕਰ ਦੋਗੇ ਉਨਾ ਹੀ ਗਾਂ ਜਿਹੜੀ ਹੈਗੀ ਤੁਹਾਡੀ ਈਜ਼ੀਲੀ ਡਰਾਈ ਹੋ ਜਾਂਦੀ ਹੈ। ਚਲੋ ਘੱਟੋ ਘੱਟ 15 ਦਿਨ ਪਹਿਲਾਂ ਤਾਂ ਪ੍ਰੋਸੈਸ ਸ਼ੁਰੂ ਹੋਣਾ ਜਿਹੜਾ ਜ਼ਰੂਰੀ ਹੈ। 15 ਦਿਨ ਪਹਿਲਾਂ ਜਿਹੜਾ ਹੈਗਾ ਉਹਦਾ ਦਾਣਾ ਜਿਹੜਾ ਇੱਕਦਮ ਬੰਦ ਨਹੀਂ ਕਰਨਾ ਗਾ, ਉਹਦਾ ਦਾਣਾ ਹੌਲੀ ਹੌਲੀ ਘਟਾਉਣਾ ਸ਼ੁਰੂ ਕਰ ਦਿਉ, ਹੌਲੀ ਹੌਲੀ ਉਹਦੀ ਫੀਡ ਘਟਾਉਣੀ ਸ਼ੁਰੂ ਕਰ ਦਿਉ ਅਤੇ ਹੌਲੀ ਹੌਲੀ ਜਿਹੜਾ ਹੈਗਾ ਸਾਈਲੇ ਘਟਾਉਣਾ ਸ਼ੁਰੂ ਕਰ ਦਿਉ। ਤੂੜੀ ਨਹੀਂ ਘਟਾਉਣੀ ਗੀ, ਤੂੜੀ ਨੂੰ ਵਧਾਉਣਾ ਸ਼ੁਰੂ ਕਰ ਦਿਉ, ਸਾਈਲੇ ਨੂੰ ਘਟਾਉਣਾ ਸ਼ੁਰੂ ਕਰ ਦਿਉ। ਪਾਣੀ ਗਾਂ ਦਾ ਬੰਦ ਨਹੀਂ ਕਰਨਾ ਗਾ, ਪਾਣੀ ਜਿੰਨਾ ਗਾਂ ਵੱਧ ਤੋਂ ਵੱਧ ਪੀ ਲਵੇ, ਕਿਉਂਕਿ ਉਹ ਸੁੱਕਾ ਜਿਹੜਾ ਮਾਦਾ ਜਿਹੜਾ ਸੁੱਕਾ ਰਾਸ਼ਨ ਜਿਹੜਾ ਖਾ ਰਹੀ ਆ ਅਤੇ ਉੱਪਰੋਂ ਜਿਹੜਾ ਹੈਗਾ ਮੌਸਮ ਦੇ ਵਿੱਚ ਜਿਹੜੀ ਹੈਗੀ ਆ ਗਰਮੀ ਹੁੰਦੀ ਉਹਦੇ ਕਰਕੇ ਗਾਂ ਨੂੰ ਜਿਹੜਾ ਹੈਗਾ ਵਾ ਪਿਆਸ ਲੱਗਣੀ ਆ, ਪਾਣੀ ਗਾਂ ਨੂੰ ਦੇਣਾ ਬੜਾ ਜ਼ਰੂਰੀ ਆ। ਕਈ ਵੀਰ ਪਾਣੀ ਧਿਆਈ ਕਰ ਦਿੰਦੇ ਆ, ਜਿਹੜੇ ਬੰਨ ਕੇ ਰੱਖਦੇ ਆ 3 ਟਾਈਮ ਪਾਣੀ ਪਾਉਂਦੇ ਆ, 2 ਟਾਈਮ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ ਆ, ਜਾਂ ਕਈ ਜਿਹੜੇ ਜਿਨ੍ਹਾਂ ਨੇ ਖੁੱਲ੍ਹੀਆਂ ਰੱਖੀਆਂ ਉਹ ਵਿੱਚੋਂ ਬੜਾ 2-2, 4-4 ਘੰਟੇ ਗਾਂ ਨੂੰ ਬੰਨ੍ਹੀ ਰੱਖਦੇ ਆ ਵੀ ਘੱਟ ਪਾਣੀ ਪੀਊਗੀ ਤਾਂ ਗਾਂ ਸਾਡੀ ਸੌਖੀ ਡਰਾਈ ਹੋ ਜਾਊਗੀ। ਪਰ ਗਾਂ ਨੂੰ ਆਪਾਂ ਸਟ੍ਰੈਸ ਫ੍ਰੀ ਰੱਖਣਾ ਵਾ, ਗਾਂ ਦੀ ਜਿਹੜੀ ਫੀਡ ਹੈਗੀ ਆ ਉਹ ਥੋੜ੍ਹੀ ਥੋੜ੍ਹੀ ਕਰਦੇ ਕਰਦੇ 2-4 ਦਿਨ ਦੇ ਵਿੱਚ ਜਿਹੜੀ ਫੀਡ ਜਮ੍ਹਾਂ ਬੰਦ ਕਰ ਦੇਣੀ ਆ, ਸਾਈਲੇਜ ਘਟਾ ਦੇਣਾ ਵਾ, ਤੂੜੀ ਜਿਹੜੀ ਹੈਗੀ ਆ ਉਹ ਵਧਾ ਦੇਣੀ ਆ। ਉਸ ਤੋਂ ਬਾਅਦ ਵਿੱਚ ਜਦੋਂ ਆਪਾਂ ਪਹਿਲੇ 2-3 ਦਿਨ ਇਹ ਪ੍ਰੋਸੈਸ ਕਰਕੇ ਉਸ ਤੋਂ ਬਾਅਦ ਵਿੱਚ ਜਿਹੜੀ ਗਾਂ ਹੈਗੀ ਦੁੱਧੋਂ ਘੱਟ ਜਾਂਦੀ ਆ, ਜਦੋਂ ਗਾਂ ਆਪਣੀ ਦੁੱਧੋਂ ਘਟਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਵਿੱਚ ਆਪਾਂ ਜਿਹੜੀ ਹੈਗੀ ਆ ਚਵਾਈ ਦੇ ਵਿੱਚ ਆਪਾਂ ਸੈਕਿੰਡ ਸਟੈਪ ਆ ਜਾਂਦਾ ਚਵਾਈ ਦੇ ਵਿੱਚ। ਪਹਿਲਾ ਸੀਗਾ ਫੀਡਿੰਗ ਦੇ ਵਿੱਚ, ਫੀਡਿੰਗ ਦੇ ਵਿੱਚ ਆਪਾਂ ਮੈਨੇਜ ਕਰ ਲਿਆ ਆਪਾਂ ਗਾਂ ਡਰਾਈ ਕਿੱਦਾਂ ਕਰਨਾ ਵਾ। ਉਸ ਤੋਂ ਬਾਅਦ ਵਿੱਚ ਆਪਾਂ ਮਿਲਕਿੰਗ ਦੇ ਵਿੱਚ ਜਿਹੜਾ ਹੈਗਾ ਚਵਾਈ ਦੇ ਵਿੱਚ ਆਪਾਂ ਗਾਂ ਡਰਾਈ ਕਰਨਾ। ਚਵਾਈ ਦੇ ਵਿੱਚ ਆਪਾਂ ਗਾਂ ਨੂੰ 1 ਟਾਈਮ ਜਿਹੜਾ ਹੈਗਾ ਚੋਲਿਆ, 1 ਟਾਈਮ ਛੱਡਤਾ। ਪਹਿਲਾਂ ਗਾਂ ਨੂੰ ਹਨਾ ਪਹਿਲੇ ਦਿਨ 1 ਟਾਈਮ ਛੱਡਿਆ, ਦੂਸਰੇ ਦਿਨ ਜਿਹੜਾ ਹੈਗਾ ਆਪਾਂ ਗਾਂ ਨੂੰ 2 ਟਾਈਮ ਚੋਲਿਆ, ਫਿਰ 1 ਟਾਈਮ ਛੱਡਤਾ। ਇੱਦਾਂ ਕਰਕੇ ਵੀ ਆਪਾਂ ਗਾਂ ਨੂੰ ਪਹਿਲਾਂ 1 ਟਾਈਮ 'ਤੇ ਆਪਾਂ ਉਹਨੂੰ ਬਿਝਾ ਲੈਣਾ ਹਨਾ, 1 ਡੰਗ ਕਰ ਲਾ, ਆਪਾਂ ਗਾਂ ਨੂੰ 1 ਡੰਗ 'ਤੇ ਲੈ ਕੇ ਆਉਣਾ ਵਾ ਵੀ ਆਪਣੀ ਗਾਂ ਜਿਹੜੀ ਹੈ ਕਿ 1 ਡੰਗ ਦੁੱਧ ਦੇਵੇ ਅਤੇ 1 ਡੰਗ ਜਿਹੜਾ ਹੈਗਾ ਉਹ ਦੁੱਧ ਥਾਂ 'ਚ ਪਸਮਾ ਨਾ ਲੈ ਕੇ ਆਵੇ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਜਿਵੇਂ 1 ਦਿਨ ਦਾ ਗੈਪ ਪਾਉਣਾ ਸ਼ੁਰੂ ਕਰ ਦੇਣਾ ਵਾ। 1 ਦਿਨ ਦੇ ਗੈਪ ਪਾਉਣ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਤੁਹਾਡੀ ਗਾਂ ਦਾ ਦੁੱਧ ਜਿਹੜਾ ਹੈਗਾ ਘੱਟ ਗਿਆ ਵਾ, ਮੰਨ ਕੇ ਚੱਲੋ ਜਦੋਂ ਦੂਸਰੇ ਦਿਨ ਜਿਹੜਾ ਗਾਂ ਨੂੰ ਦੁੱਧ ਚੋਂਦੇ ਹੋ, ਅਗਰ ਉਹਦੇ ਥੱਲੇ 10 ਕਿਲੋ ਦੁੱਧ ਦਿੰਦੀ ਆ, 12 ਕਿਲੋ ਦੁੱਧ ਦਿੰਦੀ ਆ ਦੂਸਰੇ ਡੰਗ ਦੇ ਵਿੱਚ, ਫਿਰ ਤੁਸੀਂ ਜਿਹੜੀ ਹੈਗੀ ਉਹਨੂੰ ਕੈਪਰਾਮਿਨ ਸਿਪਰਾਮਿਨ ਜਿਹੜੀ ਟੂਪ ਹੈਗੀ ਆ ਉਹਨੂੰ ਤੁਸੀਂ ਚੜ੍ਹਾ ਸਕਦੇ ਹੋ, ਉਹਨਾਂ ਦਾ ਕੰਮ ਜਿਹੜਾ ਕਰਨਾ ਸ਼ੁਰੂ ਕਰ ਦੇਣਾ। ਕਿਉਂਕਿ ਬਾਈ ਜਦੋਂ ਆਪਾਂ ਬਰੀਡ 'ਤੇ ਕੰਮ ਕਰਦੇ ਹਾਂ
ਤੇ ਬਰੀਡ ਵਾਲੀਆਂ ਗਾਵਾਂ ਜਿਹੜੀਆਂ ਹੈਗੀਆਂ ਡਰਾਈ ਕਰਨੀਆਂ ਜਿਹੜੀਆਂ ਥੋੜੀਆਂ ਔਖੀਆਂ ਹੋ ਜਾਂਦੀਆਂ ਵਾ, ਕਿਉਂਕਿ ਇਹਨਾਂ ਨੇ ਉਧਰੋਂ ਡਰਾਈ ਪੀਰੀਅਡ ਦਾ ਟਾਈਮ ਆ ਜਾਂਦਾ, ਉਧਰੋਂ ਆਪਣੀ ਗਾਂ ਜਿਹੜੀ ਹੈਗੀ ਆ 25-26 ਕਿਲੋ ਤੇ ਚੱਲ ਰਹੀ ਹੁੰਦੀ ਆ। ਹੁਣ 25-26 ਕਿਲੋ ਜਿਹੜਾ ਆਪਣੇ ਆਪ ਜਿਹੜਾ ਦੁੱਧ ਹੈਗਾ ਡਰਾਈ ਨਹੀਂ ਹੋਣਾ, 10-12 ਕਿਲੋ ਦੁੱਧ ਹੋਵੇ ਤਾਂ ਚਲੋ ਆਪਣੇ ਆਪ ਡਰਾਈ ਹੋ ਜਾਂਦਾ ਵਾ, 25-26 ਕਿਲੋ ਦੁੱਧ ਵਾਸਤੇ ਆਪਾਂ ਨੂੰ ਸਾਰਾ ਇਹ ਪ੍ਰੋਸੈਸ ਕਰਨਾ ਪੈਂਦਾ ਵਾ। ਸੋ ਉਹਦੇ ਲਈ ਜਿਹੜਾ ਹੈਗਾ, ਉਸ ਤੋਂ ਬਾਅਦ ਵਿੱਚ ਆਪਾਂ ਗਾਂ ਨੂੰ ਜਦੋਂ ਡਰਾਈ ਆਪਾਂ ਗਾਂ ਨੂੰ ਕਰਤਾ, ਉਸ ਤੋਂ ਬਾਅਦ ਵਿੱਚ ਅਗਰ ਆਪਾਂ ਨੂੰ ਥੋੜ੍ਹਾ ਬਹੁਤਾ ਗਾਂ ਦੇ ਆਰਡਰ ਵਿੱਚ ਦੁੱਧ ਦਿਖੇ ਵੀ, ਆਪਾਂ ਛੇੜਨਾ ਨਹੀਂ ਗਾ ਉਹਨੂੰ ਗਾਂ, ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਵਾ। ਅਗਰ ਆਪਣਾ ਲੱਗੇ ਦੁਬਾਰਾ ਵੀ ਹਾਂ ਇੱਕ ਤਰ੍ਹਾਂ ਦੁੱਧ, ਕਿਉਂਕਿ ਜਿਹੜੀ ਟੂਪ ਹੈ ਉਹਦਾ ਕੰਮ ਇਹੀ ਹੈ, ਅਗਰ ਆਰਡਰ ਵਿੱਚ ਦੁਬਾਰਾ ਥੋੜ੍ਹਾ ਬਹੁਤਾ ਦੁੱਧ ਬਣਦਾ ਵਾ ਤਾਂ ਉਹਨੇ ਉਸ ਦੁੱਧ ਨੂੰ ਸੁਕਾਉਣਾ ਹੁੰਦਾ ਵਾ। ਦੂਸਰੀ ਗੱਲ ਇੱਕ ਪਿੱਛੇ ਮੈਂ ਗੱਲ ਸਭ ਤੋਂ ਪਹਿਲਾਂ ਆਪਾਂ ਧਿਆਨ ਰੱਖਣਾ ਵਾ, ਗੱਲ ਦੱਸਣੀ ਭੁੱਲ ਗਿਆ, ਜਦੋਂ ਆਪਾਂ ਗਾਂ ਨੂੰ ਡਰਾਈ ਕਰਨਾ ਵਾ, ਉਸ ਡਰਾਈ ਗਾਂ ਦਾ ਬਲੌਕ ਚਵਾਈ ਵਾਲੀਆਂ ਗਾਵਾਂ ਤੋਂ ਅਲੱਗ ਹੋਣਾ ਚਾਹੀਦਾ ਵਾ। ਜਿੱਥੇ ਪਹਿਲਾਂ ਗਾਂ ਦੀ ਚਵਾਈ ਹੁੰਦੀ ਆ, ਡਰਾਈ ਵਾਲੀ ਗਾਂ ਉਹਨਾਂ ਗਾਵਾਂ ਦੇ ਵਿੱਚ ਨਹੀਂ ਰਹਿਣੀ ਚਾਹੀਦੀ, ਕਿਉਂਕਿ ਇਹ ਗਾਵਾਂ ਜਿਹੜਾ ਹੈਗਾ ਜੋ ਦੁੱਧ ਦਾ ਪ੍ਰੋਸੈਸ ਇਹਨਾਂ ਦਾ, ਉਹ ਸਾਰਾ ਇਹਨਾਂ ਦੇ ਮਾਈਂਡਸੈਟ ਤੋਂ ਹੁੰਦਾ ਵਾ। ਕਿਉਂਕਿ ਇਹਨਾਂ ਨੇ ਜਦੋਂ ਆਪਾਂ ਫਾਰਮ ਦੇ ਵਿੱਚ ਚਵਾਈ ਵਾਲੀ ਮਸ਼ੀਨਾਂ ਲੈ ਕੇ ਜਾਂਦੇ, ਚਵਾਈ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਾਂ, ਇਹ ਗਾਵਾਂ ਆਪਣੇ ਨਾਲੋਂ ਜ਼ਿਆਦਾ ਸਮਝਦਾਰ ਹੁੰਦੀਆਂ, ਇਹਨਾਂ ਪਤਾ ਹੁੰਦਾ ਸਾਡੇ ਚਵਾਈ ਦਾ ਟਾਈਮ ਆ ਗਿਆ ਵਾ, ਇਹ ਦੁੱਧ ਤਿਆਰ ਕਰਨਾ ਜਿਹੜਾ ਹੈਗਾ ਪ੍ਰੋਸੈਸ, ਜਿਹੜੇ ਹਾਰਮੋਨ ਇਹਨਾਂ ਸਿਗਨਲ ਮਿਲਣਾ ਸ਼ੁਰੂ ਹੋ ਜਾਂਦਾ ਵਾ, ਉਹਦੇ ਕਰਕੇ ਜਿਹੜਾ ਹੈਗਾ ਇਹ ਦੁੱਧ ਤਿਆਰ ਕਰਨਾ ਸ਼ੁਰੂ ਕਰ ਦਿੰਦੀ ਗਾਂ ਵਾ। ਅਗਰ ਆਪਣੀ ਡਰਾਈ ਕਰਨ ਵਾਲੀ ਜਿਹੜੀ ਆਪਾਂ ਗਾਂ ਡਰਾਈ ਕਰ ਰਹੇ ਹਾਂ, ਉਹ ਆਪਣੀ ਦਵਾਈ ਵਾਲੀ ਗਾਵਾਂ ਦੇ ਵਿੱਚ ਖੜੀ ਹੋਈ ਆ, ਤਾਂ ਉਹਦੇ ਵਿੱਚ ਕੀ ਹੈ ਕਿ ਆਪਾਂ ਚਾਹੇ ਉਹਨੂੰ ਨਹੀਂ ਵੀ ਚੋਣਾ, ਪਰ ਉਹਨੇ ਆਪਣੇ ਲੇਵੇ ਦੇ ਵਿੱਚ ਪਸਮਾ ਥੜਾਂ ਦੇ ਵਿੱਚ ਲੈ ਆਉਣਾ ਵਾ, ਤਾਂ ਉਹਦੇ ਕਾਰਨ ਕੀ ਆ ਮਸਟਾਈਟਸ ਦੇ ਕੇਸ ਜਿਹੜੇ ਹੈਗੇ ਉਹ ਬਣ ਜਾਂਦੇ ਆ। ਸੋ ਇਸ ਲਈ ਆਪਾਂ ਜਿਹੜਾ ਹੈਗਾ ਡਰਾਈ ਕਰਨ ਵਾਲੀ ਗਾਂ ਨੂੰ ਚਵਾਈ ਵਾਲੀ ਗਾਵਾਂ ਤੋਂ ਅਲੱਗ ਰੱਖਣਾ ਵਾ, ਫੀਡ ਜਿਹੜਾ ਦਾਣੇ ਫੀਡ ਦੇ ਵਿੱਚ ਜਿਹੜੀ ਹੈਗੀ ਫੀਡਿੰਗ ਦੇ ਵਿੱਚ ਆਪਾਂ ਉਹਦੀ ਵਧੀਆ ਮੈਨੇਜਮੈਂਟ ਕਰਨੀ ਹੈਗੀ, ਇੱਕਦਮ ਗਾਂ ਨੂੰ ਸਟ੍ਰੈਸ ਬਣਾ ਆਵੇ ਅਤੇ ਗਾਂ ਦਾ ਇੱਕਦਮ ਆਪਾਂ ਬੰਦ ਵੀ ਨਹੀਂ ਕਰ ਦੇਣਾ ਗਾ ਵੀ ਉਹ ਮੰਨ ਕੇ ਚੱਲੋ ਵੀ ਉਸ ਤੋਂ ਬਾਅਦ ਗਾਂ ਦਾ ਬੀਸੀਸ ਤੋੜ ਜਾਵੇ। ਜਦੋਂ ਆਪਾਂ ਨੂੰ ਲੱਗੇ ਕਿ ਆਪਣੀ ਗਾਂ ਡਰਾਈ ਹੋ ਗਈ ਆ, ਗਾਂ ਦਾ ਆਰਡਰ ਜਿਹੜਾ ਹੈਗਾ ਚੰਗੀ ਤਰ੍ਹਾਂ ਸੁੰਗੜ ਚੁੱਕਿਆ, ਨੁੱਚੜ ਚੁੱਕਿਆ, ਜਾਂ ਵੱਟ ਪੈ ਗਿਆ, ਪੂਰੇ ਆਰਡਰ ਦੇ ਵਿੱਚ ਵੱਟ ਪੈ ਗਏ ਆ, ਉਸ ਤੋਂ ਬਾਅਦ ਵਿੱਚ ਆਪਾਂ ਜਿਹੜਾ ਹੈਗਾ ਵਾ ਗਾਂ ਨੂੰ ਸਾਈਲੇਜ ਫਿਰ ਆਪਾਂ ਵਧਾ ਦੇਣਾ, ਤੂੜੀ ਜਿਹੜੀ ਹੈਗੀ ਉਹ ਘਟਾ ਦੇਣੀ ਆ। ਫੀਡ ਜਿਹੜੀ ਹੈਗੀ ਉਹ ਗਾਂ ਦੇ ਬੀਸੀਸ ਦੇ ਹਿਸਾਬ ਨਾਲ ਪੈਂਦੀ ਆ, ਅਗਰ ਗਾਂ ਦਾ ਬੀਸੀਸ ਡਾਊਨ ਹੋਵੇ ਤਾਂ ਉਹਨੂੰ ਆਪਾਂ ਡਰਾਈ ਫੀਡ ਪਾ ਸਕਦੇ ਹਾਂ, ਅਗਰ ਆਪਣੀ ਗਾਂ ਦਾ ਬੀਸੀਸ ਵਧੀਆ ਹੈਗਾ ਵਾ ਡਰਾਈ ਫੀਡ ਆਪਾਂ ਨਾ ਵੀ ਪਾਈਏ ਤਾਂ ਆਪਣਾ ਤਾਂ ਵੀ ਸਰ ਜਾਂਦਾ ਵਾ। ਸੋ ਇਸ ਲਈ ਇਹਨਾਂ ਗੱਲਾਂ ਦਾ ਜਿਹੜਾ ਹੈਗਾ ਵਾ ਡਰਾਈ ਪੀਰੀਅਡ ਵਿੱਚ ਖਾਸ ਧਿਆਨ ਰੱਖਣਾ, ਕਿਉਂਕਿ ਜੇ ਆਪਾਂ ਡਰਾਈ ਪੀਰੀਅਡ ਦੇ ਵਿੱਚ ਕਈ ਚੀਜ਼ਾਂ ਨੂੰ ਆਪਾਂ ਜਿਹੜਾ ਧਿਆਨ ਵਿੱਚ ਨਹੀਂ ਦਿੰਦੇ, ਅਣਗਹਿਲੀਆਂ ਕਰ ਜਾਂਦੇ ਹਾਂ, ਤਾਂ ਉਹਦਾ ਰਿਜ਼ਲਟ ਜਿਹੜਾ ਹੈਗਾ ਉਹ ਆਪਾਂ ਨੂੰ ਅਗਲੇ ਸੂਏ ਦੇ ਵਿੱਚ ਦੇਖਣ ਨੂੰ ਮਿਲਦਾ। 50% ਜਿਹੜਾ ਆਪਣਾ ਸੂਆ ਹੈਗਾ ਵਾ ਉਹ ਡਰਾਈ ਪੀਰੀਅਡ 'ਤੇ ਡਿਪੈਂਡ ਕਰਦਾ, ਅਤੇ 50% ਸੂਆ ਜਿਹੜਾ ਆਪਾਂ ਹੈਗਾ ਆਪਣਾ ਉਹ ਟ੍ਰਾਂਜੈਕਸ਼ਨ ਪੀਰੀਅਡ 'ਤੇ ਡਿਪੈਂਡ ਕਰਦਾ ਵਾ। ਅਤੇ ਟ੍ਰਾਂਜੈਕਸ਼ਨ ਪੀਰੀਅਡ 'ਤੇ ਆਪਾਂ ਜਿਹੜੇ ਹੈਗਾ ਉਹ ਗਾਂ ਅੱਗੇ ਜਦੋਂ ਟ੍ਰਾਂਜੈਕਸ਼ਨ ਪੀਰੀਅਡ ਆਉਣੇ ਸ਼ੁਰੂ ਹੋ ਗਏ ਉਦੋਂ ਆਪਾਂ ਟ੍ਰਾਂਜੈਕਸ਼ਨ ਪੀਰੀਅਡ 'ਤੇ ਜਿਹੜੀ ਹੈਗੀ ਆ ਉਹ ਵੀਡੀਓ ਲੈ ਕੇ ਆਵਾਂਗੇ। ਹਾਲ ਦੀ ਘੜੀ ਆਪਾਂ ਇਕੱਲੇ ਗਾਵਾਂ ਨੂੰ ਡਰਾਈ ਕਿੱਦਾਂ ਕਰਨਾ ਵਾ, ਅੱਗੇ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਵੀ ਡਰਾਈ ਫੀਡ ਦੇ ਡਰਾਈ ਪੀਰੀਅਡ ਦੇ ਵਿੱਚ ਆਪਾਂ ਗਾਵਾਂ ਦੀ ਮੈਨੇਜਮੈਂਟ ਕਿੱਦਾਂ ਕਰਨੀ ਹੈ, ਕੀ ਆਪਾਂ ਨੂੰ ਰਾਸ਼ਨ ਪਾਉਣਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਆਪਾਂ ਬੰਦ ਕਰਨੀਆਂ, ਕਿਹੜੀ ਚੀਜ਼ਾਂ ਸ਼ੁਰੂ ਕਰਨੀਆਂ ਵਾ, ਡੀ ਕੈਡ ਨੈਗੇਟਿਵ 'ਚ ਆਪਾਂ ਗਾਂ ਨੂੰ ਕਿੱਦਾਂ ਲੈ ਕੇ ਜਾਣਾ ਵਾ। ਸੋ ਇਹਨਾਂ ਗੱਲਾਂ ਦਾ ਆਪਾਂ ਅਗਲੀਆਂ ਵੀਡੀਓ ਵਿੱਚ ਗੱਲ ਕਰਾਂਗੇ। ਅੱਜ ਦੀ ਜਿਹੜੀ ਵੀਡੀਓ ਸਿਰਫ ਇਹੀ ਸੀਗੀ ਕਿ ਗਾਂ ਨੂੰ ਆਪਾਂ ਡਰਾਈ ਕਿੱਦਾਂ ਕਰਨਾ ਵਾ, ਅਤੇ ਡਰਾਈ ਕਰਨ ਮੌਕੇ ਕਿਹੜੀਆਂ ਗੱਲਾਂ ਧਿਆਨ ਰੱਖਣਾ ਵੀ ਜਿਹੜਾ ਆਪਾਂ ਨੂੰ ਅਗਲੇ ਸੂਏ ਵਿੱਚ ਜਿਹੜੀ ਹੈਗੀ ਆ ਆਪਾਂ ਨੂੰ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆ ਉਹ ਫੇਸ ਨਾ ਕਰਨੀ ਪਵੇ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ, ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਸੈਕਸ਼ਨ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈੱਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਜਾਇਆ ਕਰਨ। ਧੰਨਵਾਦ ਤੁਹਾਡਾ ਸਾਰਿਆਂ ਦਾ ਜੀ।